ਗਿੱਦੜਬਾਹਾ ਦੇ ਸਥਾਨਕ ਖਜ਼ਾਨਾ ਦਫ਼ਤਰ ਵਿੱਚ ਤੈਨਾਤ ਖਜ਼ਾਨਾ ਅਫਸਰ ਸ਼ਾਮ ਸੁੰਦਰ ਤੇ ਕਰਮਚਾਰੀਆਂ ਦੇ DA ਮੈਡੀਕਲ ਬਿੱਲ ਅਤੇ ACP ਬਿੱਲ ਅਦਾ ਕਰਨ ਬਦਲੇ ਪੈਸੇ ਵਸੂਲਣ ਅਤੇ ਸਿਫਾਰਿਸ਼ ਤਹਿਤ ਬਿੱਲ ਪਾਸ ਕੀਤੇ ਜਾਣ ਦੇ ਦੋਸ਼ ਲੱਗੇ ਹਨ ਅਤੇ ਇਸ ਲਈ ਸਾਰੇ ਨਿਯਮਾਂ ਨੂੰ ਵੀ ਤਾਕ ਤੇ ਰੱਖਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਦੱਸਿਆ ਕਿ ਉਹਨਾਂ ਦੇ ਸਾਰੇ ਭੱਤਿਆਂ ਦੇ ਬਿੱਲ ਸਥਾਨਕ ਖਜ਼ਾਨਾ ਦਫ਼ਤਰ ਰਾਹੀਂ ਕਲੀਅਰ ਹੁੰਦੇ ਹਨ, ਪਰ ਇਸ ਖਜ਼ਾਨਾ ਦਫ਼ਤਰ ਵਿਖੇ ਤੈਨਾਤ ਖਜ਼ਾਨਾ ਅਫਸਰ ਅਤੇ ਉਹਨਾਂ ਦੇ ਸਹਾਇਕ ਵੱਲੋਂ ਸ਼ਰੇਆਮ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਸਰ, ਮੇਰਾ ਨਾਮ ਅਮਿਤ ਕਟਾਰੀ ਹੈ ਜੀ। ਮੈਂ ਸਰਕਾਰੀ ਮਿਡਲ ਸਕੂਲ ਬਵਾਨੀਆਂ 'ਚ ਬਤੌਰ ਟੀਚਰ ਜੋਬ ਕਰ ਰਿਹਾ ਜੀ। ਆਪਣੇ ਇੱਥੇ ਕਚਹਿਰੀਆਂ ਦੇ ਵਿੱਚ ਇੱਕ ਟ੍ਰੈਜਰੀ ਦਾ ਆਫਿਸ ਹੈ ਪੰਜਾਬ ਸਰਕਾਰ ਦਾ, ਜਿਹਦੇ 'ਚ ਸਾਰੇ ਹੀ ਆਪਣੇ ਬਿੱਲ ਜਿਹੜੇ ਆ ਮੁਲਾਜ਼ਮਾਂ ਦੇ, ਏਰੀਅਰ ਦੇ, ACP ਦੇ ਅਤੇ ਦੂਜੇ ਸਰਕਾਰੀ ਏਰੀਅਰ ਦੇ ਅਤੇ ਮੈਡੀਕਲ ਰੀਇੰਬਰਸਮੈਂਟ ਦੇ ਹੋਏ, GPF ਦੇ ਹੋਏ ਆਉਂਦੇ ਆ। ਪਰ ਸਮੱਸਿਆ ਹੁਣ ਇਹ ਆ ਰਹੀ ਹੈ ਜੀ ਵੀ ਜਿਹੜਾ ਇੱਥੇ ਇਸ ਸਮੇਂ ਖਜ਼ਾਨਾ ਅਫਸਰ ਕੰਮ ਕਰ ਰਿਹਾ ਜਾਂ ਉਹਦਾ ਸਹਾਇਕ ਕੰਮ ਕਰ ਰਿਹਾ, ਉਹ ਦੋਵੇਂ ਬੰਦੇ ਸਿਰੇ ਦੇ ਕਰਪਟ ਹੋ ਚੁੱਕੇ ਆ। ਹਰੇਕ ਬੰਦੇ ਤੋਂ ਉਹ ਪੈਸੇ ਮੰਗਦੇ ਆ ਜੀ। ਜਿਹੜਾ ਬੰਦਾ ਇਹਨਾਂ ਨੂੰ ਪੈਸੇ ਦੇ ਜਾਂਦਾ ਜਾਂ ਕੋਈ ਸਿਫਾਰਿਸ਼ ਲਾ ਦਿੰਦਾ ਤਾਂ ਉਹਦਾ ਆਊਟ ਆਫ ਦਾ ਵੇ ਜਾ ਕੇ ਵੀ ਬਿੱਲ ਪਾਸ ਕਰ ਦਿੰਦੇ ਆ। ਜਿਹੜਾ ਬੰਦਾ ਸ਼ਰੀਫੀਅਤ ਨਾਲ ਪ੍ਰੋਪਰ ਚੈਨਲ ਚੱਲ ਰਿਹਾ ਉਹਦਾ ਕੰਮ ਨਹੀਂ ਹੁੰਦਾ। ਜਿਸ ਤਰ੍ਹਾਂ ਸਾਡੇ ਕੋਲ ਇੱਕ ਉਦਾਹਰਨ ਹੈ, ਤੁਸੀਂ ਚੈੱਕ ਵੀ ਕਰ ਸਕਦੇ ਹੋ ਇਹਨਾਂ ਦਾ ਔਨਲਾਈਨ ਰਿਕਾਰਡ। ਸਾਡੇ ਇੱਕ ਸਾਥੀ ਦਾ ਬਿੱਲ ਹੈ, ਇਹ ਅਸ਼ੋਕ ਜੀ ਮੇਰੇ ਨਾਲ ਖੜੇ ਹੈ, ਇਹਨਾਂ ਦਾ ਮੈਡੀਕਲ ਰੀਇੰਬਰਸਮੈਂਟ ਦਾ ਬਿੱਲ ਸੀ 1441 ਨੰਬਰ, ਸ਼ਾਇਦ ਟੋਕਨ ਨੰਬਰ ਪੰਜਾਬ ਸਰਕਾਰ ਦਾ ਉਹਨੂੰ ਲੱਗਿਆ ਸੀ, 1442 ਲੱਗਿਆ ਸੀ। ਉਹ ਦੋਵੇਂ ਬਿੱਲ ਇਹਨਾਂ ਨੇ ਪਾਸ ਨਹੀਂ ਕੀਤੇ ਕਿਉਂਕਿ ਇਹਨਾਂ ਬੰਦਿਆਂ ਨੂੰ ਕਿਸੇ ਤਰ੍ਹਾਂ ਦੀ ਰਿਸ਼ਵਤ ਔਫਰ ਨਹੀਂ ਕੀਤੀ ਗਈ, ਤਾਂ ਉਹਨੂੰ ਛੱਡ ਕੇ ਇਹਨੂੰ ਇਹਨਾਂ ਨੇ ਇੱਕ 1568 ਨੰਬਰ ਬਿੱਲ ਪਾਸ ਕੀਤਾ, ਤੁਸੀਂ ਚਾਹੇ ਚੈੱਕ ਕਰ ਸਕਦੇ ਹੋ। ਹੁਣ ਉਹਦਾ ਜਵਾਬ ਇਹ ਖਜ਼ਾਨਾ ਅਫਸਰ ਹੀ ਦੇ ਸਕਦਾ ਵੀ ਕਿਉਂ ਇਹਨੇ ਕੀਤਾ। ਦੇਖੋ ਜੀ, ਪੰਜਾਬ ਸਰਕਾਰ ਵੱਲੋਂ ਬੜਾ ਹੀ ਵਧੀਆ ਕੰਮ ਕੀਤਾ ਗਿਆ ਸੀ ਇਹ। ਸ਼ਾਮ ਸੁੰਦਰ ਜੀ, ਆਪਣੇ ਪੇਮੈਂਟ ਸਟਾਪ ਹੈ ਜੀ, ਜੋ ਉਪਰੋਂ ਸਾਨੂੰ ਇੰਸਟ੍ਰਕਸ਼ਨ ਆਉਂਦੀ ਹੈ FD ਤੋਂ। ਨਹੀਂ ਨਹੀਂ, ਵੈਸੇ ਟੈਲੀਫੋਨ ਤੇ। ਹਾਂਜੀ, ਕੋਈ ਸਿਫਾਰਿਸ਼ ਦੀ ਲੋੜ ਪੈਂਦੀ, ਕਾਨੂੰਨੀ ਸਿਫਾਰਿਸ਼ ਵਗੈਰਾ ਦੀ ਲੋੜ ਪੈਂਦੀ ਇਹਦੇ ਵਿੱਚ? ਨਹੀਂ, ਉਹ ਤਾਂ ਅਸੀਂ ਮਤਲਬ ਕਹਿੰਦੇ ਉੱਪਰੋਂ ਫੋਨ, ਮਤਲਬ ਵੀ ਜੇ ਕੋਈ ਕਰਾਉਣੀ ਹੈ ਪੇਮੈਂਟ ਤਾਂ ਉੱਪਰੋਂ ਕਰਾਓ, ਸਾਡੇ ਤਾਂ ਬਸ ਹੈ ਨਹੀਂ। ਨਹੀਂ ਨਹੀਂ, ਸਿਫਾਰਿਸ਼ ਦੀ ਤੁਸੀਂ ਮੰਨਿਆ ਨਾ ਪਹਿਲਾਂ ਵੀ ਸਿਫਾਰਿਸ਼ ਦੀ? ਹਾਂ, ਉਹ ਮੈਂ ਉਹੀ ਕਹੀ ਜਾਂਦਾ ਨਾ ਜੀ ਵੀ ਉੱਪਰੋਂ ਸਾਨੂੰ FD ਤੋਂ ਜੋ ਇੰਸਟ੍ਰਕਸ਼ਨ ਕਰਾ ਦਿਓ ਜੀ, ਉਹ ਅਸੀਂ ਕਰ ਦਿੰਦੇ। ਨਹੀਂ, ਮੈਂ ਜਿਹੜੀ ਗੱਲ ਮੈਂ ਪੁੱਛ ਰਿਹਾ ਸਰ, ਨਹੀਂ ਦੱਸਿਆ ਵੀ ਸਿਫਾਰਿਸ਼ ਦੀ ਲੋੜ ਪੈਂਦੀ? ਉਹ ਮੈਂ ਆਪਣੇ ਲੈਵਲ 'ਤੇ ਤੁਹਾਨੂੰ ਦੱਸ ਰਿਹਾ ਨਾ ਵੀ ਵੈਸੇ ਤਾਂ ਗੌਰਮੈਂਟ ਜੋ FD ਸਾਨੂੰ ਕਹਿੰਦੀ ਹੈ ਜੀ,